सब्सक्राइब करो NC7 न्यूज नो ते लेटेस्ट अपडेट पाने लिए प्रेस करो बेल आइकन। इस वेले दी सब तो वड्डी ते अहम खबर किसान अंदोलन नूं लै के दिल्ली दीआं हद्दां ते डटे किसानां दे अंदोलन दा 46वां दिन है। कड़ाके दी ठंड दे बावजूद किसानां दे हौसले बुलंद ने। इस वेले दिल्ली नूं तकरीबन चारे पासियों घेरिया होया है। किसान अंदोलन नूं लै के अज सुप्रीम कोर्ट च दायर होईआं पिटीशनां ते सुनवाई कीती गई। सुनवाई दौरान सुप्रीम कोर्ट ने केंद्र सरकार नूं तिखे सवाल कीते ते पुछिआ कि सड़कां ते ठंड च ठर रहे बच्चिआं बुजुर्गां ते बीबीआं लई सरकार की कर रही है। लगातार मौतां हो रहीआं ने पर इह मामला सुलझाउण लई केंद्र सरकार गंभीर नजर नहीं आ रही है। उत्थे ही सुप्रीम कोर्ट दी सुनवाई तों बाद सीनियर वकील HS फूलका ने लाइव दौरान की कहा, आओ तुहानूं वी सुणा देआं। ऑर्डर अजे कोई नहीं आया, ਉਹਨਾਂ ਨੇ ਕਿਹਾ ਕਿ ਆਰਡਰ ਅਸੀਂ ਸ਼ਾਮ ਤੱਕ ਦੇਵਾਂਗੇ, ਸ਼ਾਮ ਨੂੰ ਆਰਡਰ ਆਊਗਾ। ਕਿਉਂਕਿ ਬਹਿਸ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਉਸ ਤੋਂ ਬਾਅਦ ਅਸਲੀ ਫਾਈਨਲ ਹੁੰਦਾ ਜੋ ਆਰਡਰ ਹੁੰਦਾ। ਹੁਣ ਅਸਲੀ ਤਾਂ ਸ਼ਾਮ ਨੂੰ ਪਤਾ ਚੱਲੂਗਾ ਕਿ ਸੁਪਰੀਮ ਕੋਰਟ ਕੀ ਕਹਿੰਦੀ ਹੈ। ਪਰ ਜੋ ਬਹਿਸ ਦੇ ਵਿੱਚ ਮੇਨ ਮੇਨ ਚੀਜ਼ਾਂ ਆਈਆਂ ਉਹਦੇ ਉਹ ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਦੱਸ ਦਿੰਦਾ। ਪਹਿਲੀ ਗੱਲ ਤਾਂ ਉਹਨਾਂ ਨੇ ਜੋ ਸਰਕਾਰ ਨੂੰ ਦੋ ਗੱਲਾਂ 'ਤੇ ਡਾਂਟਿਆ ਸੁਪਰੀਮ ਕੋਰਟ। ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਤੁਸੀਂ ਪਾਸ ਕਰਨ ਤੋਂ ਪਹਿਲਾਂ ਬਈ ਇਹ ਤੁਸੀਂ ਕੀ ਪ੍ਰਕਿਰਿਆ ਕੀ ਕੀਤੀ ਆ, ਕਿਹਦੇ ਨਾਲ ਗੱਲ ਕੀਤੀ ਆ, ਕਿਹੜੀਆਂ ਕਿਸਾਨ ਜਥੇਬੰਦ ਨਾਲ ਗੱਲ ਕੀਤੀ ਆ, ਕਿਵੇਂ ਕੀਤੀ ਆ। ਤੇ ਸਰਕਾਰ ਦੇ ਵੱਲੋਂ ਅਟਾਰਨੀ ਜਨਰਲ ਪੇਸ਼ ਹੋ ਰਹੇ ਸੀ, ਉਹਨਾਂ ਨੇ ਕਿਹਾ ਜੀ ਕਿ ਅਸੀਂ 2001 'ਚ ਇਹ ਕੀਤਾ, 2002 'ਚ ਉਹ ਕੀਤਾ। ਉਹ ਕਹਿੰਦੇ 2001 ਤੇ 2 'ਚ ਕੀ ਕੀਤਾ ਉਹਨਾਂ ਸਾਨੂੰ ਦੱਸੋ, ਤੁਸੀਂ ਆ ਹੁਣ 2020 'ਚ ਉਹ ਪਾਸ ਕੀਤਾ, ਇਹ ਤੋਂ ਪਹਿਲਾਂ ਕੀ ਕੀਤਾ ਇਹ ਦੱਸੋ। ਇਹਦਾ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ, ਪਹਿਲੀ ਗੱਲ। ਦੂਜੀ ਗੱਲ, ਉਹਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਇਹਨੂੰ ਬੜਾ ਲੰਬਾ ਖਿੱਚ ਰਹੇ ਹੋ ਵੀ ਉੱਥੇ ਔਰਤਾਂ ਅਤੇ ਬੱਚੇ ਬੈਠੇ ਆ ਵਿੱਚੋਂ, ਉੱਥੇ ਕਈ ਡੈਥ ਵੀ ਹੋ ਗਈਆਂ, ਉੱਥੇ ਦੀ ਹਾਲਤ ਠੀਕ ਨਹੀਂ। ਅਤੇ ਵੀ ਸੁਪਰੀਮ ਕੋਰਟ ਨੇ ਕਿਹਾ ਸਾਨੂੰ ਬਹੁਤ ਫਿਕਰ ਆ, ਉੱਥੇ ਕੱਲ੍ਹ ਨੂੰ ਰੋਜ਼ ਇੱਕ ਸਭ ਜੇ ਕਿਸਾਨਾਂ ਦੀ ਮੌਤ ਹੋ ਰਹੀ ਆ ਅਤੇ ਦੂਸਰਾ ਨਾਲ ਦੀ ਨਾਲ ਕੱਲ੍ਹ ਨੂੰ ਕੋਈ ਹਿੰਸਾ ਨਾ ਹੋ ਜਾਵੇ, ਅਤੇ ਵੀ ਸਾਨੂੰ ਇਸ ਗੱਲ ਦਾ ਬੜਾ ਫਿਕਰ ਆ, ਇਹਨੂੰ ਤੂੰ ਖਿੱਚੋਗੇ ਨਹੀਂ, ਇਹਨੂੰ ਜਲਦੀ ਖਤਮ। ਇਹ ਦੋ ਚੀਜ਼ਾਂ 'ਚ ਗੱਲ। ਅਗਲੀ ਗੱਲ, ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਸਟੇਅ ਕਰ ਰਹੇ ਹਾਂ, ਇਹ ਕਾਨੂੰਨ ਤੁਸੀਂ ਲਾਗੂ ਨਹੀਂ ਕਰੋਗੇ, ਉਹਨਾਂ ਨੇ ਕਿਹਾ। ਫਿਰ ਉਹਨਾਂ ਨੇ ਸੁਪਰੀਮ ਕੋਰਟ ਨੇ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਸਟੇਅ ਕਰਨੀ ਆ, ਸਰਕਾਰ ਨੇ ਕਿਹਾ ਜੀ ਜੇ ਤੁਸੀਂ ਸਟੇਅ ਕਰਨੀ ਆ ਤਾਂ ਇਹਨਾਂ ਕੋਲ ਧਰਨਾ ਚੁੱਕਣ, ਉਹ ਉਹਨਾਂ ਨੇ ਬਿਲਕੁਲ ਮਨਾ ਕਰਤਾ ਚੀਫ ਜਸਟਿਸ ਨੇ ਕਿ ਅਸੀਂ ਧਰਨਾ ਚੁੱਕਣ ਵਾਸਤੇ ਨਹੀਂ ਕਹਾ, ਧਰਨਾ ਨਹੀਂ ਚੁੱਕਣਾ। ਉਹਨਾਂ ਨੇ ਇੱਕ ਗੱਲ ਕਹੀ ਕਿ ਜੋ ਬਜ਼ੁਰਗ ਅਤੇ ਔਰਤਾਂ ਅਤੇ ਬੱਚੇ ਵੀ ਤੁਸੀਂ ਉਹਨਾਂ ਨੂੰ ਵਾਪਸ ਭੇਜ ਦਿਓ। ਉਦੋਂ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੇਰੇ ਪਿੰਡੋਂ ਆਸੇ ਪਾਸਿਓਂ 40 ਟਰਾਲੀਆਂ ਉੱਥੇ ਆਈਆਂ ਬੈਠੀਆਂ, ਇਹ ਬਜ਼ੁਰਗਾਂ ਆਪਣੇ ਆਪਣੇ ਆਪ ਬਜ਼ੁਰਗ ਉੱਥੇ ਨੇ, ਉਹ ਉਹਨਾਂ ਨੂੰ ਜੇ ਕਹੋ ਵੀ ਤਾਂ ਮੈਂ ਕਿਹਾ ਕੋਈ ਵਾਪਸ ਜਾਣ ਨੂੰ ਤਿਆਰ ਨਹੀਂ, ਇਸ ਕਰਕੇ ਮੈਂ ਕੋਲ ਲੋਕ ਬੈਠੇ। ਦੂਜਾ, ਮੈਂ ਕਿਹਾ ਲੋਕਾਂ ਨੂੰ ਬਹੁਤ ਜ਼ਿਆਦਾ ਗੁੱਸਾ ਕਿਉਂ ਉਦੋਂ ਆਇਆ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨੇ ਇਹਨਾਂ ਨੂੰ ਕਿਹਾ ਜੀ ਇਹ ਤਾਂ ਜੀ ਦੇਸ਼ ਵਿਰੋਧੀ ਨੇ, ਇਹ ਤਾਂ ਖਾਲਿਸਤਾਨੀ ਨੇ, ਇਹ ਤਾਂ ਨਕਸਲ ਨੇ। ਮੈਂ ਕਿਹਾ ਉੱਥੋਂ ਉਹਨਾਂ ਨੂੰ ਗੁੱਸਾ ਆਇਆ ਕਿ ਸਾਡੇ ਬੱਚੇ ਤਾਂ ਸਰਹੰਦ ਉੱਤੇ ਲੜ ਰਹੇ ਆ ਤੇ ਸਾਨੂੰ ਦੇਸ਼ ਵਿਰੋਧੀ ਕਹੀ ਜਾਂਦਾ, ਤੇ ਇਸ ਕਰਕੇ ਮੈਂ ਕਿਹਾ ਜਾਣ ਨੂੰ ਤਿਆਰ ਨਹੀਂ। ਉਸ ਗੱਲ ਤੇ ਚੀਫ ਜਸਟਿਸ ਨੇ ਕਿਹਾ ਕਿ ਤੁਸੀਂ 4 ਵਕੀਲ ਪੇਸ਼ ਹੋ ਰਹੇ ਹੋ ਕਿਸਾਨਾਂ ਦੀਆਂ ਜਥੇਬੰਦੀਆਂ ਵੱਲੋਂ। ਇੱਕ ਮੈਂ ਤੁਹਾਨੂੰ ਇਹ ਵੀ ਦੱਸਿਆ, ਦੁਸ਼ਾਂਤ ਦਵੇ ਜਿਹੜੀ ਸਾਡੀ ਟੀਮ ਨੂੰ ਲੀਡ ਕਰ ਰਿਹਾ, ਉਹ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆ ਤੇ ਬਹੁਤ ਵੱਡੇ ਉਹ ਵਕੀਲ ਆ, ਇੰਡੀਆ ਦੇ ਜਿਹੜੇ ਟੌਪ ਦੇ ਵਕੀਲ ਆਉਂਦੇ ਆ ਉਹਨਾਂ ਚੋਂ, ਨਾਲ ਕੋਲਿਨ ਗੁਨਸਾਲਵਿਸ ਉਹ ਵੀ ਸੀਨੀਅਰ ਐਡਵੋਕੇਟ ਆ, ਨਾਲ ਪ੍ਰਸ਼ਾਂਤ ਭੂਸ਼ਣ, ਸਾਰੇ ਬੜੇ ਤੱਕੇ ਵਕੀਲ ਆ। ਉਹ ਕਹਿੰਦੇ ਤੁਸੀਂ 4 ਵਕੀਲ ਪੇਸ਼ ਹੋ ਰਹੇ ਹੋ ਤੇ ਤੂੰ ਮੇਰੇ ਵੱਲੋਂ, ਚੀਫ ਜਸਟਿਸ ਕਹਿੰਦਾ ਮੇਰੇ ਵੱਲੋਂ ਸੁਨੇਹਾ ਲੈ ਜਾਓ ਉਹਨਾਂ ਕੋਲੇ ਕਿ ਵੀ ਮੈਂ ਬੇਨਤੀ ਕਰਦਾ ਕਿ ਬਜ਼ੁਰਗ ਤੇ ਔਰਤਾਂ ਤੇ ਬੱਚੇ ਉੱਥੋਂ ਜਾਂ ਨੌਜਵਾਨ ਬੈਠੇ ਰਹੇ। ਪਰ ਜੋ ਸਰਕਾਰ ਨੇ ਦੀ ਕੋਸ਼ਿਸ਼ ਸੀ ਕਿ ਤੁਸੀਂ ਸਟੇਅ ਤਾਂ ਕਰੋਗੇ ਜੇਕਰ ਉੱਠਣਗੇ, ਉਹਨਾਂ ਨੇ ਬਿਲਕੁਲ ਮਨਾ ਕਰਤਾ ਕਿ ਮੈਂ ਅਸੀਂ ਕੋਈ ਪਾਸ ਕਰਦੇ ਕਿ ਇਸ ਧਰਨੇ ਤੋਂ ਉੱਠੇ। ਫਿਰ ਸਰਕਾਰ ਨੇ ਕਿਹਾ ਜੀ ਉੱਥੋਂ ਹਿੱਲ ਜਾਣ, ਉਹਨਾਂ ਨੇ ਕਿਹਾ ਠੀਕ ਆ ਅਸੀਂ ਇਹਨਾਂ ਨੂੰ ਵੀ ਪੁੱਛ ਲੈਂਦੇ ਹਾਂ। ਤੇ ਅਸੀਂ ਕਿਹਾ ਜੀ ਸਾਂ ਹੀ ਰਾਮਲੀਲਾ ਗਰਾਊਂਡ ਰਹੇ ਸੀ, ਅਸੀਂ ਜਥੇਬੰਦੀਆਂ ਨੂੰ ਪੁੱਛਿਆ, ਮੈਂ ਉਹਦੇ ਪੁੱਛਿਆ ਜਥੇਬੰਦੀਆਂ ਨੂੰ ਕਿ ਵੀ ਦੱਸੋ ਉਹ ਕਹਿੰਦੇ ਆ ਉੱਥੋਂ ਕਿਸੇ ਹੋਰ ਜਗ੍ਹਾ ਤੇ, ਉਹ ਕਹਿੰਦੇ ਸਾਂ ਹੀ ਰਾਮਲੀਲਾ ਗਰਾਊਂਡ ਰਹੇ ਸੀ। ਇਹਨਾਂ ਨੇ ਰੋਕਿਆ ਵਾ ਸਾਨੂੰ, ਸਾਨੂੰ ਯਾਦ ਦੇ ਦਿਓ ਅਸੀਂ ਰਾਮਲੀਲਾ ਗਰਾਊਂਡ ਆ ਕੇ ਬਹਿ ਜਾਂਦੇ ਹਾਂ। ਤੇ ਸੁਪਰੀਮ ਕੋਰਟ ਨੂੰ ਕਹਿਤਾ ਕਿ ਰਾਮਲੀਲਾ ਗਰਾਊਂਡ ਇੱਕ ਐਸੀ ਜਗ੍ਹਾ ਜੋ ਕਿ ਧਰਨਿਆਂ ਦੇ ਨਾਲ, ਜੇ ਪ੍ਰਕਾਸ਼ ਨਰਾਇਣ ਨੇ ਉੱਥੇ ਧਰਨਾ ਕੀਤਾ, ਉਸ ਤੋਂ ਬਾਅਦ ਹੁਣ ਵੀ ਪ੍ਰਧਾਨ ਮੰਤਰੀ ਨੇ ਧਰਨੇ ਉੱਥੇ ਕੀਤੇ ਆ, ਵੀ ਉੱਥੇ ਧਰਨੇ ਹੁੰਦੇ ਆ ਤੇ ਉਹ ਸਾਨੂੰ ਦੇ ਦਿਓ, ਰਾਮਲੀਲਾ ਗਰਾਊਂਡ ਦੇ ਦਿਓ ਤੇ ਸਾਡੇ ਲੋਕ ਤਿਆਰ ਉੱਥੇ ਆ ਕੇ ਬਹਿ ਜਾਣਗੇ। ਤੋ ਇਸ ਗੱਲ ਦੇ ਉੱਤੇ ਵੀ ਉਹ ਇਹ ਹੋਇਆ, ਉਹ ਵੀ ਸਰਕਾਰ ਦੀ ਸੁਪਰੀਮ ਕੋਰਟ ਨੇ ਨਹੀਂ ਮੰਨੀ। ਉਸ ਤੋਂ ਮਗਰ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ
जो सरकार ने कहा जी कि उत्थे तां जी इत्थां जी बैठ जांदे आ कि मुंहां ते पट्टियां ला लैंदे आ कहिंदे असीं नहीं बोले तो उन्होंने फिर सुप्रीम कोर्ट ने कहा कि देखो जिहड़ी पहला भी तुसीं प्रक्रिया नहीं की सरकार ने हुण भी तुसीं कह रहे हो कि जो तुहाडी आपस च बातचीत हुई है उस च खाली निकल रहा तो असीं एक अपॉइंट करते हैं कमेटी मीडिएशन वास्ते मीडिएशन होंगी कि दोनों पार्टियां गलबात करा के मतलब क्योंकि फैसला देने वास्ते नहीं होंगी वो होंगी मीडिएशन वास्ते कमेटी कि दोनों पार्टियां गलबात करा के समझौता करे आपस मीडिएशन बोलते हैं अजकल कोर्ट के बहुत कॉमन आ यह मीडिएशन उन्होंने कहा कि कमेटी अपॉइंट करते हैं तो सरकार ने कहा कि जी तुम इन्हों पुछो किसान जथेबंदियों कि वह कमेटी बनन गए तो दुशांत देवी ने कहा कि जी असी जथेबंदियों गल करा गल करके तुम कल दसा उस गल चीफ जस्टिस ने कहा कि जे असी कमेटी अपॉइंट कर देंगे वह भी सिर्फ आपस समझौते मदद कर ली जो सरकार तो गल करो सुप्रीम कोर्ट की अपॉइंटमेंट कमेटी ने तुम कि मना करोगे क्यों नहीं गल करोगे तो पर उन्होंने बयान कोई नहीं दिता दुशांत देवी ने तो उन्होंने यही कहा कि असी जथेबंदियों पुछांगे जथेबंदियों पुछ के तुम कल जवाब देवे तुम कल वास्ते ये गल रख दो फिर सरकार ने की कहा कि जी तुम मीडिएशन वास्ते कमेटी अपॉइंट करोगे भी उहदे विच असी रपील किसान जथेबंदियां रपील की गल नहीं करनगे सिर्फ सौदा की गल करनगे वह बिल्कुल मना करता सीगा ना असं रपील की गल करांगे चीफ जस्टिस ने कहा कि यह रपील वास्ते भी कह यह रपील वास्ते मंग कर रहे हैं उसकी मंग कर रपील गल की जो कर दे असं कोई मना नहीं करांगे For your child's bright future and to enhance your child's knowledge, take them to Bhartiya Model Senior Secondary School, CBSE affiliated. Admissions are open from nursery to 12th with medical, arts and commerce stream with affordable fee. Available facilities are fully air-conditioned classrooms, well-educated and cooperative staff, healthy environment for your child's better upbringing, faculty of kindergarten, physics, chemistry and mathematics lab, extracurricular activities like yoga classes, meditation sessions, athletic meet. Admission open, limited seats. Do hurry. For the further inquiry, contact on 01651220279 and 01651221279. Are you worried about your child's future? Then here is a golden chance to join Doon Senior Secondary Public School for bright future of your child. Best education is provided here with reasonable fee structure, finest environment, well-managed labs of physics, chemistry and biology, special quota classes for plus one and plus two students. Admission open from now for nursery to 9th and plus one in commerce, arts and medical stream. Join Doon Senior Secondary Public School, Karyadwala, District Bathinda. Contact on 94179-40107 and 9988-472857.